ਨੈਸ਼ਨਲ ਹਾਈਵੇ ਤੇ ਉਦੋਂ ਇੱਕ ਐਲਪੀਜੀ ਗੈਸ ਨਾਲ ਭਰਿਆ ਟੈਂਕਰ ਪਲਟ ਗਿਆ ਜਦੋਂ ਉਸ ਦੇ ਸਾਹਮਣੇ ਇੱਕ ਅਵਾਰਾ ਪਸ਼ੂ ਆ ਗਿਆ। ਲਵਾਰਿਸ ਪਸ਼ੂ ਨੂੰ ਬਚਾਉਂਦਿਆਂ ਹੋਇਆਂ ਇਸ ਟੈਂਕਰ ਚਾਲਕ ਦਾ ਆਪਣਾ ਹੀ ਸੰਤੁਲਨ ਵਿਗੜ ਗਿਆ ਤੇ ਸੜਕ ਦੇ ਵਿਚਾਲੇ ਹੀ ਇੱਕ ਗੈਸ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ, ਜਿਸ ਕਰਕੇ ਇੱਥੇ ਵੱਡਾ ਹਾਦਸਾ ਹੋਇਆ। ਪਰ ਗਨੀਮਤ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟੈਂਕਰ ਚਾਲਕ ਨੂੰ ਸੱਟਾਂ ਲੱਗੀਆਂ ਨੇ, ਜਿਸ ਕਰਕੇ ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਧਰ ਦੂਜੇ ਪਾਸੇ ਇਸ ਟੈਂਕਰ ਦੇ ਪਲਟਣ ਦੇ ਨਾਲ ਨੈਸ਼ਨਲ ਹਾਈਵੇ ਦੇ ਉੱਤੇ ਦੋਨੋਂ ਪਾਸੇ ਹੀ ਲੰਬਾ ਜਾਮ ਲੱਗ ਗਿਆ। ਰਾਹਗੀਰ ਕਾਫੀ ਪਰੇਸ਼ਾਨ ਹੋਏ। ਹਾਲਾਂਕਿ ਇੱਥੇ ਇਹ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ ਜੇਕਰ ਇਸ ਟੈਂਕਰ ਦੀ ਚਪੇਟ 'ਚ ਕੋਈ ਹੋਰ ਗੱਡੀ ਆ ਜਾਂਦੀ ਜਾਂ ਫਿਰ ਇਸ ਗੈਸ ਨਾਲ ਭਰੇ ਟੈਂਕਰ ਦੇ ਨਾਲ ਕੁਛ ਹੁੰਦਾ ਤਾਂ ਇੱਥੇ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇੱਕ ਵੱਡਾ ਹਾਦਸਾ ਹੁਣੋਂ ਵੀ ਟਲ ਗਿਆ। ਇੱਥੇ ਡਰਾਈਵਰ ਨੂੰ ਜ਼ਰੂਰ ਗੁੱਜੀਆਂ ਸੱਟਾਂ ਲੱਗੀਆਂ ਨੇ, ਜਿਸ ਕਰਕੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਹਾਦਸਾ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਵਾਪਰਿਆ ਹੈ, ਜਿੱਥੇ ਐਲਪੀਜੀ ਗੈਸ ਨਾਲ ਭਰਿਆ ਹੋਇਆ ਇਹ ਟੈਂਕਰ ਜਦੋਂ ਨੈਸ਼ਨਲ ਹਾਈਵੇ ਦੇ ਉੱਤੇ ਚੱਲ ਰਿਹਾ ਸੀ ਤਾਂ ਅਚਾਨਕ ਅੱਗੇ ਇੱਕ ਲਵਾਰਿਸ ਪਸ਼ੂ ਆ ਜਾਂਦਾ ਹੈ, ਜਿਸ ਨੂੰ ਇਹ ਟੈਂਕਰ ਚਾਲਕ ਬਚਾਉਣ ਦੀ ਕੋਸ਼ਿਸ਼ ਕਰਦਾ ਆ ਤੇ ਇਸਦਾ ਆਪਣਾ ਹੀ ਸੰਤੁਲਨ ਵਿਗੜ ਜਾਂਦਾ ਹੈ ਤੇ ਇਹ ਟੈਂਕਰ ਜੋ ਗੈਸ ਨਾਲ ਭਰਿਆ ਹੁੰਦਾ ਹੈ ਸੜਕ ਦੇ ਵਿੱਚੋਂ ਵਿੱਚ ਪਲਟ ਜਾਂਦਾ ਹੈ, ਜਿਸ ਕਰਕੇ ਇੱਥੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਇਸ ਨੈਸ਼ਨਲ ਹਾਈਵੇ ਦੇ ਉੱਤੇ ਲੰਬਾ ਜਾਮ ਲੱਗਿਆ ਰਿਹਾ। ਉਧਰੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਅਤੇ ਅਧਿਕਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਇਸ ਟੈਂਕਰ ਨੂੰ ਸਿੱਧਾ ਕਰਨ ਦੀ ਕੜੀ ਮੁਸ਼ਕਤ ਕੀਤੀ ਗਈ ਹੈ। ਤਸਵੀਰਾਂ ਦੇਖੋ ਕਿ ਇਹ ਗੈਸ ਨਾਲ ਭਰਿਆ ਹੋਇਆ ਟੈਂਕਰ ਹੈ ਜੋ ਸੜਕ ਦੇ ਵਿੱਚੋਂ ਵਿੱਚ ਪਲਟਿਆ ਹੋਇਆ। ਨੈਸ਼ਨਲ ਹਾਈਵੇ ਹੈ ਜਿੱਥੇ ਇਹ ਟੈਂਕਰ ਪਲਟਿਆ ਹੈ ਤਾਂ ਇਸ ਨੂੰ ਸਿੱਧਾ ਕਰਨ ਦੇ ਲਈ, ਇਸ ਨੂੰ ਹਟਾਉਣ ਦੇ ਲਈ ਇੱਥੇ ਪ੍ਰਸ਼ਾਸਨ ਨੂੰ ਕੜੀ ਮਿਹਨਤ ਕਰਨੀ ਪਈ ਹੈ ਤੇ ਫਿਰ ਜਾ ਕੇ ਇੱਥੇ ਨੈਸ਼ਨਲ ਹਾਈਵੇ ਦਾ ਜਾਮ ਖੋਲਿਆ ਗਿਆ ਹੈ। ਟੋਲ ਤੋਂ ਚੱਲਿਆ, ਟੋਲ ਤੋਂ ਸੁੱਤੇ ਜਾ ਪਿਆ ਹਾਂ ਮੈਂ ਇੱਥੋਂ। ਮੇਰੀ ਕੰਪਨੀ ਵਾਲਾ ਆਇਆ, ਉਹਨੇ ਜਗਾਇਆ ਮੈਨੂੰ, ਕਹਿੰਦਾ ਚੱਲ ਇੱਥੋਂ ਉੱਥੋਂ ਅੱਗੇ ਆਇਆ ਇਸ ਜਗ੍ਹਾ ਦਾ ਗਿਰ ਚੱਕਦਾ ਵੀ ਡੰਗਰ ਆ ਗਏ। ਗੱਡੀ ਫਿਰ ਰੁਕੀ ਨਾ, ਇਨਵੈਟਰ 'ਤੇ ਚੜ ਗਈ ਗੱਡੀ। ਇਹ ਚੱਕ ਕਿੰਨੇ ਵਜੇ ਦੀ ਗੱਲ ਹੈ? ਕੋਈ 6 ਵਜੇ ਦੀ ਗੱਲ। ਕਿਹੜੀ ਗੱਡੀ ਸੀ? ਲੱਕ ਨੂੰ ਲੱਗੀ ਦੀ ਆ, ਮਣ ਕੇ ਹਿੱਲੇ ਦੇ ਆ, ਐਕਸਰਾ ਖਜਾਇਆ। ਜੀ ਜਨਾਬ, ਕੀ ਨਾਮ ਕੀ ਤੁਹਾਡਾ ਔਰ ਕੀ ਗੱਲਬਾਤ ਹੋਈ ਹੈ? ਮੈਂ ਰਵਿੰਦਰ ਸਿੰਘ ਗੈਸ ਦਾ ਇਹ ਟੈਂਕਰ ਜਿਹੜਾ ਇਹ ਭਰਿਆ ਲੋਡ ਸੀਗਾ, ਇਹ ਆ ਰਿਹਾ ਸੀ ਅਚਾਨਕ ਇੱਥੇ ਆ ਕੇ ਬਾਠ ਸਾਹਿਬ ਦੇ ਗੇਟ ਦੇ ਅੱਗੇ, ਇਹਦਾ ਸੰਤੁਲਨ ਜਿਹੜਾ ਉਹ ਵਿਗੜ ਗਿਆ ਅਤੇ ਡਰਾਈਵਰ ਦੀ ਜਾਂ ਝੋਕ ਲੱਗੀ ਅਤੇ ਉਸ ਤੋਂ ਇਹ ਵੱਖ ਹੋ ਕੇ ਇੱਥੇ ਡਿੱਗ ਗਿਆ। SSDM ਜਿਹੜੀ ਆ ਸਾਡੀ ਮੌਕੇ 'ਤੇ ਪਹੁੰਚ ਕੇ ਆਵਾਜਾਈ ਜਿਹੜੀ ਆ ਬਹਾਲ ਕੀਤੀ ਆ। ਬਾਕੀ ਹੁਣ ਕਰੇਨ ਵਗੈਰਾ ਜਿਹੜੀ ਆ ਉਹ ਫੋਨ ਵਗੈਰਾ ਕੀਤੇ ਆ ਆਉਂਦੇ ਆ ਅਤੇ ਇਸ ਨੂੰ ਚੁਕਾ ਕੇ ਕਿਤੇ ਸਾਈਡ 'ਤੇ ਕਰਾਵਾਂਗੇ ਉਸ ਕੰਪਨੀ ਨਾਲ ਜਿਹੜਾ ਦਾ ਹੈਗਾ, ਉਹਨਾਂ ਦਾ ਕਨੈਕਟ ਕਰ ਰਹੇ ਹਾਂ। ਕਿੰਨੇ ਕੁ ਵਜੇ ਦੀ ਘਟਨਾ ਸਰ? ਇਹ ਤਕਰੀਬਨ ਸਵੇਰੇ 5:30 ਦਾ ਟਾਈਮ ਸੀ। ਅਤੇ ਇਹ ਟੈਂਕਰ ਭਰਿਆ ਜਾਂ ਅਨਲੋਡ ਭਰਿਆ ਸਰ? ਗੈਸ ਦਾ ਟੈਂਕਰ? ਹਾਂਜੀ, ਗੈਸ ਦਾ। ਅਤੇ ਕੋਈ ਹਾਦਸਾ ਹੋਰ ਤਾਂ ਨਹੀਂ? ਕੋਈ ਵੱਡਾ ਨਹੀਂ ਸਰ, ਕੋਈ ਹਾਦਸਾ ਨਹੀਂ ਹੋਇਆ, ਸਭ ਕੁਝ ਠੀਕ ਆ। ਜਾਨੀ ਮਾਲੀ ਜਿਹੜਾ ਨੁਕਸਾਨ ਜਿਹੜਾ ਇੱਡਾ ਨਹੀਂ ਹੋਇਆ ਅਤੇ ਇਹੀ ਆ ਜਿਹੜਾ ਉਹ ਤੋਂ ਵੱਖ ਹੋਈ ਆ। ਅਤੇ ਉਹ ਡਰਾਈਵਰ ਦਾ ਕੀ ਹਾਲ ਹੈ ਸਰ? ਡਰਾਈਵਰ ਬਿਲਕੁਲ ਠੀਕ ਆ ਜੀ। ਠੀਕ ਆ, ਚਲੋ। ਅਤੇ ਇਹ ਆਪਣਾ ਜਿਹੜੇ ਹਾਈਵੇ ਵਾਲੇ ਆ ਨਾ ਟੋਲ ਪਲਾਜ਼ੇ ਵਾਲੇ, ਉਹਨਾਂ ਨਾਲ ਨਹੀਂ ਤੁਸੀਂ ਸੰਪਰਕ ਕੀਤਾ? ਕਿਉਂਕਿ ਜ਼ਿਆਦਾਤਰ ਆਮ ਸਰ ਅਸੀਂ ਸੰਪਰਕ ਕੀਤਾ ਵਾ,
ਉਹ ਆਉਂਦੇ ਵੀ ਇਹ ਕੰਪਨੀ ਵਾਲੇ ਜਿਹੜੇ ਉਹੀ ਇਹਨੂੰ ਚੁੱਕਣਗੇ। ਉਹਨਾਂ ਨੇ ਫਿਲਹਾਲ ਜਵਾਬ ਹੀ ਦੇ ਦਿੱਤਾ ਜੀ, ਕਹਿੰਦੇ ਅਸੀਂ ਨਹੀਂ ਇਹਨੂੰ ਹੱਥ ਪਾਵਾਂਗੇ ਕਿ ਗੈਸ ਦਾ ਭਰਿਆ ਹੋਇਆ। ਠੀਕ ਹੈ।